رحم اللہ من کر الفاتحہ. بسم اللہ الرحمن الرحیم. الحمدللہ رب العالمین الرحمن الرحیم مالک یوم الدین ایک نعبد و ایک نستعین اہدنا الصراط المستقیم صراط الذین انعمت علیہم غیر المغضوب علیہم ولا الضالین. اللہم صلی علی محمد و آل محمد واجل فرج آل محمد. بسم اللہ الرحمن الرحیم. صلی اللہ بانیاں نے فرش آزاد جملہ مرحومین واسطے بالخصوص جنہ مرحومین دے سال ثواب دی مجلس سے غلام رسول قرئی مرحوم غلام قاسم خان قرئی مرحوم ظفر عباس خان تے مرحوم شہید صابر حسین صابر جتنے بھی انہاں دے مرحومین ٹر گئے انہاں واسطے اپنے اپنے مرحومین واسطے اللہ وارث مومنین مومنات وطن والے ہو آئی دی مجلس جتنے آئے بیٹھے ہو دوروں آئے ہو نزدیک تو تہاڈے چہرہ تو واقف نہ پر قبر حسین تے کھڑا میں یقین نال آکھاں شیعہ بیٹھے ہو بھاویں سنی بیٹھے ہو جس جس مقام تو آئے ہو وسدے گھراں دے لوگ تے میرے دل دی دعا ہے مولا تو کو وسدا رکھے بھائی وارساں والے بیٹھے ہو اے وارث ہیں نہ مجلس کرائیے تے نال ہر پڑھن والے کو آکھاں نے جو انہاں دے واسطے فاتحہ پڑھے تے میں تو تہاڈے سامنے انہاں مرحومین دا ذکر کیتا ہے جنہاں دا فاتحہ پڑھن والا کوئی نہیں. سادات دا مرحومین واسطے ملت دے شہداء واسطے مرحومین دا کرین مومنین علماء حق واسطے تے بالخصوص میرے بابے ہونا واسطے مشترکہ فاتحہ پڑھو جا. بسم اللہ الرحمن الرحیم. بسم اللہ الرحمن الرحیم. وعدہ وفا ہو گیا. حاضری میں اپنے ذات کی واجب سمجھنا ہے چند منٹ فقط ذکر مصائب پڑھانے والے پہلے ہی مظلومیت پڑھتے پے ہیں. مظلوم انہاں وچوں کوئی بھی گھٹ نہیں. 14 دے 14 سید 14 دے 14 معصوم تے عزادار دے رون واسطے لفظ یوں ہی کافی ہے اے 14 دے 14 مظلوم. ان سارے مظلوم
ਮਜ਼ਲੂਮੀਅਤ ਇਹਨਾਂ 14 ਵਿੱਚੋਂ ਕਹਿਣ ਦੀ ਘੱਟ ਨਹੀਂ। ਮੇਰੇ ਵਤਨ ਦੇ ਸ਼ਰੀਫ ਅਜ਼ਾਦਾਰੋ, ਮੇਰੇ ਵਾਲਦ ਬਜ਼ੁਰਗਵਾਰ ਪੜ੍ਹਦੇ ਰਹਿੰਦੇ ਹਨ, ਪਰ ਅਗਰ ਇਹਨਾਂ ਸਾਰਿਆਂ ਦੇ ਦੁੱਖ ਅਲੈਦਾ ਅਲੈਦਾ ਕਰੋ ਨਾ, ਤੇ ਦੁੱਖ ਅਲੈਦਾ ਕਰਕੇ ਗਿਣੋ ਤਾਂ ਇਹਨਾਂ 14 ਵਿੱਚੋਂ ਸਭ ਤੋਂ ਵੱਡਾ ਮਜ਼ਲੂਮ ਹੈ ਮੇਰਾ 7ਵਾਂ ਇਮਾਮ। ਇਮਾਮ ਹੈ ਮੂਸਾ ਕਾਜ਼ਮ। ਲਾਓ ਆਖਾਂ ਬਈ ਜੇ ਕੋਈ ਸਮਝ ਆਈ ਹੈ ਕੀਤੀ ਹੈ, ਕੁਝ ਸੋਚਣ ਹੀ ਲੱਗ ਗਏ ਤੇ ਯਕੀਨਨ ਉਹ ਸੁਚੈਂਦੇ ਇਹ ਗੱਲ ਬੈਠੇ ਹੁਸੈਨ ਜੋ ਸੈਯਦ ਆਖੇ 14 ਵਿੱਚੋਂ ਵੱਡਾ ਮਜ਼ਲੂਮ ਹੈ ਇਮਾਮ ਮੂਸਾ ਕਾਜ਼ਮ। ਹੁਸੈਨ ਕੋਲ ਵੱਡਾ ਮਜ਼ਲੂਮ ਕੌਣ ਹੈ? ਮੇਰੀ ਇਹ ਗਰਦ ਨਹੀਂ ਤੂੰ ਢੇਰ ਰੋਸੇ ਤਾਂ ਮੇਰੀ ਮਜਲੇ ਸੋਸੇ, ਮੈਂ ਉਹਨਾਂ ਕੋਲ ਪਿੰਨਾ ਹੀ ਉਹ ਕੁਝ ਹੈ, ਮੈਂ ਹਰ ਮੈਂਬਰ ਤੇ ਹੀ ਮੈਂ ਪੜ੍ਹਾ ਅਦਾਰਾਂ ਦੇ ਬਾਲਾਂ ਕੋਈ ਸਮਝ ਆਵੇ। ਬੇਸ਼ੱਕ ਵਤਨ ਨਾ ਲਿਓ, ਹੁਸੈਨ ਕੋਲ ਵੱਡਾ ਮਜ਼ਲੂਮ ਕੋਈ ਨਹੀਂ। ਤੁਸਾਂ ਚ ਦੱਸੋ ਵੀ ਜਿੰਨਾ ਹੈ ਨਹੀਂ ਕੀਤੀ, ਇਹਦੇ ਕੋਲ ਵੱਧ ਕੋਈ ਮਜ਼ਲੂਮੀਅਤ ਹੋ ਸਕਦੀ ਏ? ਪਿਓ ਦਾ ਆਖਰੀ ਵੇਲਾ ਹੋਵੇ, ਉਹਦੇ ਆਖਰੀ ਵੇਲੇ ਸਕੀ ਧੀ ਮਿਲਣ ਆਵੇ, ਪਿਓ ਦਾ ਕਾਤਿਲ ਮਿਲਣ ਹੀ ਜੀਓ ਪਹਿ। ਯਕੀਨਨ ਜਿਤਨੇ ਬੈਠੇ ਹੋ ਮੌਲਾ ਦੇ ਚੁਣਿਆ ਦਾ ਦਾਰ ਬੈਠੇ, ਬੇਸ਼ੱਕ ਤੂੰ ਵੱਡਾ ਮਜ਼ਲੂਮ ਹੈ ਅਲੀ ਅਕਬਰ ਦਾ ਪਾਕ ਬਾਬਾ, ਪਰ ਕੋਟ ਲਿਆ ਲਿਓ ਮੈਂ ਆਪਣੀ 70 ਹੀ ਸਮਝਾ ਕੇ ਪੜਸਾਂ। ਮੈਂ ਤਾਂ ਕੋਈ ਇਹ ਕਿਉਂ ਆਖਿਆ 14 ਵਿੱਚੋਂ ਵੱਡਾ ਮਜ਼ਲੂਮ ਹੈ ਮੇਰਾ 7ਵਾਂ ਇਮਾਮ। ਹੁਸੈਨ ਆਪ ਹੈ ਗਰੀਬੁਲ ਵਤਨ, ਇਵੇਂ ਹੈ ਨਾ, ਵਤਨ ਤਾਂ ਇਹਨਾਂ ਦਾ ਮਦੀਨਾ ਹੈ। ਹੁਸੈਨ ਦੀ ਕਬਰ ਬਣੀ ਹੈ ਕਰਬਲਾ ਦੇ ਵਿੱਚ, ਕਰਬਲਾ ਸੁੱਤਾ ਹੈ ਪਰ ਸੁੱਤਾ ਪੁੱਤਰ ਦੀ ਜਾਗੀਰ ਚ, ਤੇ ਕੱਲਾ ਨਹੀਂ ਸੁੱਤਾ, ਹੁਸੈਨ ਪੁੱਤਰਾਂ ਤੇ ਭੇਰਾਵਾਂ ਕੋ ਕੋਲ ਸਮਾਏ। ਇਵੇਂ ਮੈਂ ਠੀਕ ਵੀ ਆ ਪੜਦਾ ਨਾ, ਮੌਲਾ ਅਲੀ ਦੀ ਕਬਰ ਨਜਫ ਚ, ਇਮਾਮ ਹਸਨ ਮੁਜਤਬਾ ਦੀ ਕਬਰ ਦਾ ਨਿਸ਼ਾਨ ਮਦੀਨੇ ਮਿਲਦਾ। ਮਿੱਟ ਕੇ ਮਿੱਟੀ ਤੇ ਬਹਾਉਣ ਵਾਲਿਓ, ਆਖਣ ਦਾ ਮਕਸਦ ਇਹਨਾਂ 14 ਵਿੱਚੋਂ ਅਗਰ ਕਹਿਣ ਦੀ ਆਪਣੀ ਕਬਰ ਮਦੀਨੇ ਨਹੀਂ ਨਾ, ਧੀਆਂ ਜਾਂ ਪੁੱਤਰਾਂ ਚੋਂ ਕਹਿਣ ਨਾ ਕਹਿਣ ਦੀ ਕਬਰ ਦਾ ਨਿਸ਼ਾਨ ਮਦੀਨੇ ਮਿਲ ਸੀ। ਇਹ ਮਜ਼ਲੂਮ ਦੀ ਅਈਆ ਹਿੱਕਾ ਇਹਦੀ ਵੱਧ ਮਜ਼ਲੂਮੀਅਤ, ਜੋ ਮੈਂ 14 ਚੋਂ ਵੱਡਾ ਮਜ਼ਲੂਮ ਆਖੇ ਵੰਜ ਦੇਖ ਵਤਨ ਤੇ 18 ਧੀਆਂ ਉਹਨ ਵੀ ਪੁੱਤਰ ਹੈ, 18 ਧੀਆਂ ਉਹਨ ਵੀ ਪੁੱਤਰਾਂ ਚੋਂ ਨੱਕ ਹੈ ਧੀ ਦੀ ਕਬਰ ਮਦੀਨੇ। ਬੜਾ ਅਮੀਰ ਬੰਦਾ ਹੈ ਬਈ ਨੇ 70 ਤੇ ਹੈ ਤੱਕ ਮੈਂ ਬਿਸਮਿਲਾ ਕਰਾਂ ਬਾਬਾ ਮੇਰੀ ਨੌਕਰੀ, ਨਾ ਕਹਿ ਧੀ ਦੀ ਕਬਰ ਨਾ ਕਹਿ ਪੁੱਤਰ ਦੀ ਕਬਰ। ਬਈ ਜਿਹੜੇ ਚਿੱਟੀਆਂ ਡਾਣੀਆਂ ਵਾਲੇ ਬੈਠੇ ਹੋ, ਮੈਂ ਕੋਈ ਸਈਆ ਸਮਝ ਕੇ ਮਾਫ਼ ਚੱਕਰ ਹੈ, ਅਲਮ ਦੀ ਕਸਮ ਹੈ ਏਡਾ ਵੱਡਾ ਗਰੀਬ ਹੈ, ਇਹਦੀਆਂ ਸਾਰੀਆਂ ਧੀਆਂ ਹੀ ਰੁਲ ਕੇ ਮਰ ਗਈਆਂ। ਇਹ ਮਜ਼ਲੂਮ ਦੇ ਸਾਰੇ ਪੁੱਤਰ ਹੀ ਰੁਲ ਕੇ ਮਰ ਗਏ, ਧੀਆਂ ਹੈ 18 ਹੀ। ਮਜ਼ਲੂਮੀਅਤ ਦਾ ਜੁਮਲਾ ਸੁਣੋ, ਚਾਹ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਤਨੀਆਂ ਧੀਆਂ ਨੇ ਬਾਬਾ, 18। ਗਾਲ ਮੇਰੀ ਊ ਬੰਦੇ ਨਾਲ ਜਿਹੜਾ ਕੂਮਾ ਲਈ ਸੈਨ ਦਾ ਦਵਾ ਹੈ, ਆ ਮਿੰਬਰ ਤੇ ਖੜਾ ਪਹਿਲੇ ਤਾਂ ਦੁਆ ਪੀ ਮੰਗਣਾ, ਜਿਹੜੇ ਗਏ ਉਹ ਮੌਲਾ ਤੁਹਾਡੀ ਜ਼ਿਆਰਤ ਕਬੂਲ ਫਰਮਾਓ, ਜਿਹੜੇ ਨਹੀਂ ਵੇ ਗਏ ਈ ਬਾਬ ਹਵਾਈ ਦਾ ਸਦਕਾ ਮੌਲਾ ਤੁਹਾਨੂੰ 14 ਮਾਸੂਮੀਨ ਦਾ ਦਰਬਾਰ ਬਣਾਵੇ, ਤੇ ਮੌਲਾ ਤੋਂ ਕੋ ਹਰ ਸਾਲ ਇਹਦੇ ਕੋਲ ਵੱਧ ਦੁਆ ਮੈਂ ਨਾ ਮੰਗ ਸਕਦਾ। ਜਿਹੜੇ ਗਏ ਜਿਹੜੇ ਕੌਮ ਦੇ ਦਰਬਾਰ ਬੈਠੇ ਮੇਰੀ ਉਹਨਾਂ ਨਾਲ ਗੱਲ ਏ, ਮੈਂ ਕੁ ਤੁਸਾਂ ਦੱਸੋ ਬਈ ਇਮਾਮ ਦੀਆਂ ਧੀਆਂ ਹਨ 18, ਅੱਜ ਜਿਹੜਾ ਦਰਬਾਰ ਵਹਿੰਦੇ ਨਾ ਉਹ ਇਹਦੀਆਂ 18 ਧੀਆਂ ਚੋਂ ਸਿਰਫ ਇੱਕ ਧੀ ਦੀ ਜ਼ਿਆਰਤ ਕਰਦੇ, ਇਵੇਂ ਕੌਮ ਵਾਲੀ ਸੈਨ। ਪੁੱਛਦਾ ਮੈਂ ਤੁਹਾਡੇ ਕੋਲ ਇਹੋ ਕੁਝ ਆ, ਮੈਂ ਕੋਈ 100 ਇੱਕ ਦੀ ਜ਼ਿਆਰਤ ਕਰਦੇ ਹੋ, 17 ਬਾਕੀ ਦੀ ਕਿਉਂ ਨਹੀਂ ਵੇਖਦੇ? ਬਈ ਸੋਚੋ ਨਹੀਂ, ਵਤਨ ਵਾਲੇ ਉਹ ਘਬਰਾਓ ਨਹੀਂ, ਸਭ ਬਿਨਾਂ ਦੀਆਂ ਕਬਰਾਂ ਲੱਭਣ ਤਾਂ ਅਸਾਂ ਜ਼ਿਆਰਤ। ਜਵਾਨੀ ਮਾਣੇ ਇਹ ਕੁਮ ਸ਼ੀਆਂ ਦਾ ਸ਼ਾਇਰ ਆ, ਅੱਜ ਹੀ ਉਜੜੀ ਦੀ ਕਬਰ ਦਾ ਨਿਸ਼ਾਨ ਮਿਲਦਾ। ਬਾਕੀ ਸ਼ੀਆ ਸੁਣੀ ਦੋਸਤੋ ਕਿਆ ਸਮਝਦੇ ਹੋ, ਇਹ ਕੁਮ ਵਾਲੀ ਸਹਿਣ ਰਦਾ ਕੋ ਬੋਲਣ ਕੱਲੀ ਟੁਰੀ ਆਈ,
علماء دے سر تے قرآن رکھ کے میری سطراں دی تصدیق کرا گئی. میں کلی نہیں ٹری, جدہ ٹریاں ہیں تا بھینی کٹھے ٹریاں ہیں. بابے ہونا پڑھ دے لین دین ٹرن تو بعد قسمت ہر بہن دی اپنی, جتھا کوئی تھک دی گئی ہے اتھائی سم دی گئی. اٹھارہ بہن وچوں کہیں دی وی قبر دے نال قبر, کیڑی سونی مکان لین دے بیٹھے. لکھتا میں اندے پیا سنے نا جہن دی قید آج بھی نہیں چھوٹی. نالے بابل ہوائے جے جیڑیاں نیک حاجتاں رکھ کے بیٹھے ہو, این مظلوم دا صدقہ مولا توریاں نیک حاجتاں پوریاں فرمائے, مولا تو کسی ایسے کام عطا فرمائے. محمد حسنین بلوچ تے ساجد حسین بلوچ کو مولا اولاد نرینا عطا فرمائے, حسین بادشاہ دا ماتمی عطا فرمائے. میں دعا ہی مانگ سننا تہاڈے حق وچ. میں ایک جملہ سناونا چاہنا, ای مظلوم دے پتر دی مظلومی اللہ جڑا سارا سو چھوٹا پتر. ہاں جدہ اے آخری دفعہ جڑی قید ہوئی نے نا, میرے کو وقت دی مجبوری ہے, نہیں تو ایندے دکھ کوئی تھوڑے نہیں. سارے جان دیو میرے بابے ہونا ای مظلوم دے دکھ دیاں کئی مجلساں پڑھ دے. ہاں جدا آخری قید وچ گئے نا 14 سال علی, تے ساری اولاد کو ملن واسطے آئے ہیں ہک لادے واسطے, سارا تو آخر تے پتر کو ملے ہیں, نا ہے ای شہزادے دا قاسم. سن دے بیٹھے ہو, ہاں جڑے دوار گئے او میری گواہی دے سن, ایندی عراق ہلے دے وچ قبر ہے. فرمیندن قاسم دی ماں, میں کو بچڑا ملا. بی بی آدی حکم تو انکار نہیں, پر میرا وارث اگے جدا میں آئی کو آپ چاہیں آپ پیار کریں. آج میں کو کیوں آکھئی ہائے گھر چھڑے بھائی تورے واسی سے. سیدہ دے قاسم دی ماں, آپ چاہاں ہاں آج میری مجبوری ہے, آج میرے ہاتھ رجھ گئے بھائی. جہیں ستر تے ہے کیتی ہے شالما شری جاؤ, تو آج پتر کو چاہ, میں چھیکڑی دفعہ اندے نال پیار کر گنا, میری سین پتر کو ہتھاں تے چاہے. فرمیندن قاسم دی ماں, میں زمانے دا امام ہاں, میں آوان والے وقت کو جاننا, این واسطے تے کو آکھی وینا, جیڑے ویلے میرا اے پتر تے کو آکھے میں بابے دو وینا, میرے بدھے ہوئے ہتھاں دا واسطے ایکو آوان دے میں ایکو روکے نہیں. نالے میں امام ہاں تے کو پہلے دسی وینا, تو ہے ہندی ماں بنا کو ٹورے جی میں ٹورے تیری مرضی. جڑے ویلے میرے ای پتر کو ٹورے ای میں نہ ٹورے, ای کو کھیر بخے چھوڑے, سیدہ دے جیندا نہیں ولا. نیاز حسین لفظ ایو ذہن وچ رکھنے, کے فرمایا نے ای جیندا نہیں ولا. بس یہ گل کیتی نے, آپ سفارش کر کے ٹر گئے. روان والے جڑے پتر دی سفارش کیتی ہے, اوہ جوان ہو گئی ہے, اون دی مسلہ ہون لگ گئی ہے. روئیں دی آج تک یہ گال ہے حسین دے اداداراں کو, جڑا زنجیراں چھا اوندے زنجیراں کو زنگ لگ گئے, اوہیں کھڑ کے رکو دی حالت اچ قید پیا نہیں بھیندے. عید دا دین اے ہن جڑے آون والے رمضان تو بعد عید منے سو, ای عید دا دین قاسم عید نماز پڑھن واسطے گھروں ٹرے, رستے چ ڈٹھا سی زمانہ خوش ہے. ہاں ممنا کو لا کھڑے آدھے کھڑے آسائے ضرور, آج مسلمان دی عید نہیں ہیں, پر مسلمان ہیں جلوں پہلے عید نماز پڑھ گئے. اب میں توارے کو پوچھتا بھائی, میں پہلے آکھے میں نہ جان دا کیڑے مسلک دے بیٹھے ہو, پر درد ہاوے تے مجلے سی چاہے. ہاں میں کو تساں دساؤ بھائی, اے کوئی اوکھی گال ہے؟ ہاں سید جڑی کیتی ہے یہ اوکھی گال ہی, کہ فرمایا نے جلوں پہلے عید نماز پڑھ گنو. زوار کتنے بندے جڑے ہے کرے سن, کتنے جڑے زمین مل کے بیٹھے رہ سن, مسلمان بے پاس منہ کر کے بے روخی نال آدھن عید نماز دا جواد ہیں, تو مبلغ تا نہیں ہے, تو تا قیدی دا پتر. ہن بھائی حسین دے داداروں میں کتو سا دسو جواب ایہو بندا, ہاں اے چاہ کھینا آسا سیرے کٹھے نہیں پڑھ دے, اے چاہ کھینا تو تروان سنباد دی چپڑ سوں. مسلمان آدھن تو قیدی دا پترے, اوکھی عید نماز پڑھیے ہن روندا ہویا گھر تو ٹرے,
ਕਹੇ ਬੰਦੇ ਕੋ ਹਾਲੇ ਰੋਣ ਨਾ ਆਇਆ ਹੋਵੇ ਤਾਂ ਮੈਂ ਦੱਸੀ ਵਾਂ ਵੀਹੀਂ ਈਦ ਦਹਾ ਸ਼ਾਲਾ ਹਰ ਈਦ ਘਰਾਣਾ ਦੇ ਨਾਲ ਖੁਸ਼ੀਆਂ ਨਾਲ ਗੁਜ਼ਾਰੋ ਗਲਤ ਪਣਾ ਮੈਂ ਬਾਰਵੇਂ ਦਾ ਮੁਜਰਮ ਜ਼ਿੰਦਗੀ ਦੇ ਕੈਦੀ ਇਮਾਮ ਦਾ ਪੁੱਤਰ ਅੱਗੇ ਆਪ ਦਾ ਰੋਂਦਾ ਹਵੇਲੀ ਦਾ ਦਰ ਲਹਾ ਕੇ ਕਾਸਿਮ ਡਿੱਠਾ ਈਦ ਨੀ ਕਹੇ ਦੀਵਾਰ ਨਾਲ ਕੋਈ ਵਹਿਣ ਵਾਲ ਖੋਲੀ ਬੈਠੀ ਕਹੇ ਦੀਵਾਰ ਨਾਲ ਕੋਈ ਵਹਿਣ ਵਾਲ ਖੋਲੀ ਬੈਠੀ ਬਹਿਣਾ ਤੋਂ ਨਹੀਂ ਗਈ ਆ ਸਿੱਧਾ ਮਾਂ ਕੋ ਲੈ ਬਾਕੀ ਛੇ ਜਾਂ ਸੱਤ ਮਿੰਟ ਦੀ ਬਕਾਇਆ ਹਾਜ਼ਰੀ ਕੋ ਲਾ ਕੇ ਆਦੇ ਅੰਮਾ ਅੰਮਾ ਈਦ ਦੀ ਮੁਬਾਰਕ ਹੋਵੀ ਅੰਮਾ ਈਦ ਨਮਾਜ਼ ਪੜ੍ਹਨ ਵਾਸਤੇ ਟੁਰਾਂ ਬਾਜ਼ਾਰ ਚ ਗੁਜ਼ਰ ਹੋਏ ਡਿੱਠੇ ਮੇਰੇ ਸਨ ਦੇ ਬਾਲ ਕੋਈ ਪਿਓ ਦਾ ਹੱਥ ਨੱਪੀ ਵਧਦੇ ਹਨ ਕੋਈ ਦਾਮਨ ਨੱਪੀ ਵਧਦੇ ਹਨ ਭਾਰੀ ਭਾਰੀ ਖਰੀਦਾਰੀ ਵਧੇ ਕਰਦੇ ਹਨ ਠੱਡਾ ਸਾਹ ਭਰ ਕੇ ਆਦੇ ਅੰਮਾ ਸਰ ਝੁਕਾ ਕੇ ਨੱਬੇ ਇੱਕ ਦਫ਼ਾ ਮੇਰੋ ਦੇਖ ਮੇਰੀ ਕਿਸਮਤ ਮੈਂ ਅੱਜ ਤੱਕ ਬਾਬਾ ਡਿੱਠਾ ਨਹੀਂ ਕਾਸਿਮ ਆਦੇ ਮੇਰੇ ਵਾਸਤੇ ਬਾਬਾ ਵੀ ਤੂੰ ਹੈ ਮੇਰੇ ਵਾਸਤੇ ਅਮੜੀ ਵੀ ਤੂੰ ਹੈ ਅੰਮਾ ਅੱਜ ਈਦ ਦਾ ਨਹੀਂ ਹੈ ਮੈਂ ਜੋ ਮੰਗਾ ਮੈਂ ਕੋ ਖਾਲੀ ਨਾ ਵਲਾਂ ਮੈਂ ਮਾਂ ਉੱਤਾਂ ਦੇਖ ਕੇ ਆਦੀ ਹੈ ਭਾਵੇਂ ਤੂੰ ਵੀ ਉਜਾਣਾ ਨਾ ਆ ਬੈਠਾ ਉਹ ਜਿਹੜੇ ਲਵ ਸਮਝ ਗਏ ਮੰਗ ਜੋ ਮੰਗਣਾ ਹੀ ਤੁਹਾਡਾ ਬਾਬਾ ਤੇਰੀ ਸਿਫਾਰਿਸ਼ ਕਰ ਗਈ ਆ ਅੰਮਾ ਮੈਂ ਤੁਹਾਡੇ ਕੋਲ ਇਹੋ ਕੁਝ ਪੁੱਛਣ ਆਇਆ ਮੇਰੇ ਬਾਬੇ ਦੀ ਕੋਈ ਖਬਰ ਬੀਬੀ ਆਦੀ ਹੈ ਮੇਰਾ ਵਿਚੜਾ ਤੂੰ ਛੋਟਾ ਹਾਵੇਂ ਉਹ ਜ਼ੰਜੀਰਾਂ ਚ ਹਾ ਅੱਜ ਤੂੰ ਜਵਾਨ ਹੋ ਗਏ ਤੇਰੀ ਜਵਾਨੀ ਦੀ ਕਸਮ ਹੈ ਤੇਰੇ ਕੈਦੀ ਬਾਬੇ ਦਾ ਅੱਜ ਤੱਕ ਨਾ ਕੋਈ ਕਾਸੇ ਦਾ ਹੈ ਤੇ ਏਡੇ ਅਰਸੇ ਚ ਨਾ ਅੱਜ ਤੱਕ ਕੋਈ ਮੁਲਾਕਾਤੀ ਹੈ ਅਮਾ ਕਿਹੜੇ ਮੁਲਾਕਾਤੀ ਬੀਬੀ ਆਦੀ ਕਾਸਿਮ ਤੇਰੇ ਤੂੰ ਪਹਿਲੇ ਤੇਰੇ ਯਾਰਾਂ ਫੇਰਾ ਟੋਰੀ ਬੈਠੀ ਹੱਥ ਬਣ ਗਿਆ ਦੇ ਯਾਰਾਂ ਸਹਿ ਗਈ ਤਵਤ ਮੈਂ ਕੋਈ ਇਜਾਜ਼ਤ ਦੇ ਹੇ ਇਜਾਜ਼ਤ ਜਿਹੜੀ ਮਾਂ ਪੁੱਤਰ ਦੇ ਨਾਲ ਗੱਲ ਕੀਤੀ ਹੈ ਵਹਿਣ ਸੁਣ ਬੀਬੀ ਆਦੀ ਇਹ ਵਹਿੰਦਾ ਕਿਉਂ ਹੈ ਆਦੇ ਅੱਲਾਹ ਦੀ ਕਾਇਨਾਤ ਵਿੱਚ ਬਾਬੇ ਕੋ ਬੋਲੇ ਸਾਂ ਮੇਰੀ ਜ਼ਿੰਦਗੀ ਚ ਕਦਾ ਮੈਂ ਕੋ ਲੱਭ ਪਿਆ ਤਾਂ ਉਹਦੀਆਂ ਹੱਥ ਕੜੀਆਂ ਮੈਂ ਆਪ ਪੈਸਾਂ ਉੱਕੂ ਆਖਸਾਂ ਬਾਬਾ ਤੂੰ ਵੱਲ ਵੰਜ ਹੁਣ ਧੀਆਂ ਥੱਕ ਪਈ ਬੀਬੀ ਆਦੀ ਏਡੀ ਲਾਲ ਦੇ ਰਾਤ ਜਮਣ ਦੇ ਭੇੜੀ ਕੁਛ ਬਣ ਦੇ ਜਦਾ ਸਮ ਗਈਆਂ ਮੈਂ ਆਪ ਟੁਰੇ ਸਾਂ ਹੌਸਲਾ ਹੌਸਲਾ ਬਈ ਕਹਿੰਦੋ ਦੇਖ ਬੀਬੀ ਆਦੀ ਏਡੀ ਲਾਲ ਦੇ ਫੇਰੀ ਸਭ ਗਈਆਂ ਮੈਂ ਆਪ ਟੁਰੇ ਸਾਂ ਮਲਾ ਤੁਸਾਂ ਪਹਿਲਵਾਨ ਚ ਹੱਕ ਅਦਾ ਕਰ ਛੋੜੋ ਥੋੜੇ ਬੈਠੇ ਜਿਨ ਹਾਲੇ ਤੱਕ ਹੈ ਨਹੀਂ ਕੀਤੀ ਰੋਵਣ ਮੁਕਦਰਾਂ ਦਾ ਹੈ ਪਰ ਮੈਂ ਤੁਹਾਡੇ ਕੋਲ ਪੁੱਛਦਾ ਮੈਂ ਕੋ ਦਿਲ ਤੇ ਹੱਥ ਰੱਖ ਕੇ ਦੱਸੋ ਇੱਕ ਮਾਂ ਕਿਉਂ ਆਖੇ ਜੋ ਢੀ ਲਾਉਣ ਦੇ ਰਾਤ ਜਮਣ ਲੈ ਭੇੜੀ ਕੁਛ ਮਣ ਲੈ ਵਤਨ ਨਾਲ ਮਾਤ ਗੱਲ ਮੇਰਾ ਬੱਚੜਾ ਟੁਰੇ ਕੋ ਟੁਰਦਾ ਭੇੜੀ ਨਾ ਦੇਖ ਪਰ ਲਾ ਜਾਣੇ ਭੈਣਾਂ ਵਿੱਚੋਂ ਕਹੀਂ ਇੱਕ ਭੈਣ ਕੋ ਪਤਾ ਲੱਗ ਗਈ ਅੱਜ ਸੁੱਤੀਆਂ ਕੋ ਛੋੜ ਕੇ ਟੁਰਵਨ ਇੱਕ ਇੱਕ ਭੇਣ ਦੀ ਅਗੂ ਮਿੰਨਤ ਵਧੀ ਕਰੇਂਦੀ ਅੱਜ ਨਸਮਾ ਅੱਜ ਸੁੱਤੀਆਂ ਕੁਛ ਛੋੜ ਕੇ ਟੁਰ ਉਹ ਤੋਲੇ ਅਕਬਰ ਦੀ ਭੇਣ ਵਾਂਗੂ ਟੁਰਦੇ ਫਿਰਾ ਦੇ ਪੇਰੇ ਤਾਂ ਕੱਜ ਖਿਲਸੋ ਨਹੀਂ ਸੁੱਤੀਆਂ ਭੇਣੀ ਵਿਰਾ ਟੁਰਨਾ ਹੈ ਆਖਰੀ ਤੂੰ ਹੈ ਕਾਸਿਮ ਕੋ ਨੀਂਦਰ ਨਹੀਂ ਆਉਂਦੀ ਕਿਹੜੇ ਵੇਲੇ ਭੇੜੀ ਸਾਹਮਣੇ ਸੈਨ ਤੇ ਅਮਨਾਕ ਸੀ ਟੁਰਵਾਂ ਮੈਂ ਸਾਰੀ ਮਜਲਿਸ ਤੁਹਾਡੇ ਹਿੱਸੇ ਦੀ ਪੜੀ ਹੁਣੀ ਸੱਤਰ ਤੇ ਤੇਰਾ ਜੀ ਮੈਂ ਦਿਲ ਆਖੇ ਤੁਰੋਂ ਮੈਂ ਇਹ ਸੱਤਰ ਦਾ ਜਵਾਬ ਤੇਰੇ ਕੋਲ ਨਾ ਗਿੰਦਾ ਜੋ ਤੇ ਕੁਛ ਸਮਝ ਨਾ ਸੀ ਦਾ ਜਵਾਬ ਆਪਣੀ ਮਾਵਾਂ ਕੋਲ ਗਿਣ ਸਈਆ ਦਾ ਪਹਿਲੇ ਦੁਆ ਪਿਆ ਮੰਗਦਾ ਮੇਰੀਆਂ ਮਾਵਾਂ ਸ਼ਾਲਾ ਔਲਾਦ ਦੀਆਂ ਖੁਸ਼ੀਆਂ ਦੇਖੋ
اے روے نہ روے نہ دی مرضی دی گال تساں ماواں اے وے میں کو تساں دسا او ماں کیا سب گئی ہو سی جے کو ٹر دے ویلے وارث امام دس گیا اے تدی پتر جیندا نہیں ولنا سر تو چادر لئی ودی اے کمر بار کے بچڑے دے طواف ودی کرے نی اے کئی ویلے سر مجلس میں رہی سے دی ہوگی زوال کو دی جا ہویا میں چھوڑ بنیا جو وقت دی ہو کچھ بچتا ہے انہا میں یہ دا سونا کیتا ہے انہا دی محبت کو دیکھ کے ہی کوئن دا اضافہ میں دیکھنا چاہنا ہاتھ کتنے جڑے اللہ بنائے بھی ماتم بس جڑے ویلے ماں کو یقین ہوئے ہون میری اندھیاں دے سمن دا ویلے ہوں سام گئی حسین سید سمیل کے معاف کر بچڑے دسرا نو آ کریے مدا چم گیا دی اکی بال ونجن دا ویلے کاسے ماتا میں کو جو جگائی تھی سام گئی نی کوٹلے والے جت سدیاں پہ نا اپنی چھا تو اٹھیے نا پھر نوکر میری ناظری جے تگا کھو میں پڑھتا رہا ایویں ساریاں اٹھیئے پھر آنکھ اچھو گر دو ویڑانے مدے دے آدھرا کیا دین بابا ملی او کو سارے طرف سارے سلام دے وے آنکھیں دیا پیا پچھ دیا نی کیڑے چور مدے وچ تو ساکھا ہے دا بابا او تو آنی کیوں سنگیل سزا ایسا سوڑی ہن تہاڈے سامنے ذاکر آل محمد ذاکر علی عباس صاحب آفکا ہوڑ کلام